ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣੇ ਪੰਜਾਬ ਮੀਡੀਆ ਟੀਵੀ ਨਿਊਯਾਰਕ ਤੇ। ਹੁਣ ਨਜ਼ਰ ਮਾਰਦੇ ਹਾਂ ਦੇਸ਼ ਵਿਦੇਸ਼ ਦੀਆਂ ਕੁਝ ਵੱਡੀਆਂ ਹੈਡਲਾਈਨਸ ਤੇ। ਅੱਜ ਹੋਵੇਗਾ ਸ਼ੁਭਕਰਨ ਦਾ ਅੰਤਿਮ ਸੰਸਕਾਰ। ਖਨੌਰੀ ਬਾਰਡਰ ਤੇ ਪਹਿਲਾਂ ਉਸਦੇ ਸ਼ਵ ਨੂੰ ਲਿਜਾ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ, ਬਾਅਦ ਵਿੱਚ ਉਸਦੇ ਪਿੰਡ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਤੇ ਸ਼ੁਭਕਰਨ ਦੇ ਮਾਮਲੇ ਵਿੱਚ FIR ਵੀ ਦਰਜ ਕਰ ਲਈ ਗਈ ਹੈ। ਪਟਿਆਲੇ ਦੇ ਪਤਾਰਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਦੇ ਉੱਤੇ ਦਰਜ ਕੀਤਾ ਗਿਆ ਹੈ। ਇਸ ਘਟਨਾ ਦੇ ਦਿਨ ਦੀਆਂ ਫੋਟੋਜ਼ ਤੇ ਵੀਡੀਓਜ਼ ਦੇ ਆਧਾਰ ਤੇ ਮਾਮਲੇ ਵਿੱਚ ਨਾਮ ਸ਼ਾਮਿਲ ਕੀਤੇ ਜਾਣਗੇ। ਇੱਕ ਵਾਰ ਫੇਰ ਪੰਜਾਬ ਵਿੱਚ ਹੋਵੇਗਾ ਇੰਟਰਨੈਟ ਬੰਦ। ਅੱਜ ਕਿਸਾਨ ਅੰਦੋਲਨ ਨੂੰ ਲੈ ਕੇ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਉੱਥੇ ਹੀ ਪੰਜਾਬ ਦੇ ਪਟਿਆਲਾ ਅਤੇ ਸੰਗਰੂਰ ਵਿੱਚ ਅੱਜ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਮਰੀਕਾ ਵਿੱਚ ਇੱਕ ਭਾਰਤੀ ਇੰਜੀਨੀਅਰ ਨੇ ਕੀਤਾ ਭਾਰਤੀਆਂ ਦਾ ਸਿਰ ਉੱਚਾ। ਅਮਰੀਕਨ ਇੰਡੀਅਨ ਕੰਪਿਊਟਰ ਇੰਜੀਨੀਅਰ ਨੂੰ ਟੈਕਸਸ ਵਿੱਚ ਹਾਈਐਸਟ ਅਕੈਡਮਿਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸ਼ੋਕ ਵੀ ਰਾਘਵਨ ਨੂੰ ਰੈਵੋਲਿਊਸ਼ਨਰੀ ਅਮੇਜਿੰਗ ਟੈਕਨੋਲੋਜੀ ਵਿੱਚ ਸ਼ਾਨਦਾਰ ਯੋਗਦਾਨ ਲਈ ਸਰਾਹਨਾ ਮਿਲੀ ਹੈ। ਇਹ ਪੁਰਸਕਾਰ ਪਾ ਕੇ ਵੀ ਰਾਘਵਨ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਡੋਨਲਡ ਟਰੰਪ ਨੇ ਅਮਰੀਕਨ ਇੰਡੀਅਨ ਨਿੱਕੀ ਹੈਲੀ ਨੂੰ ਦਿੱਤੀ ਮਾਤ। ਹੁਣ ਟਰੰਪ ਦਾ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨਾ ਤੈਅ ਲੱਗ ਰਿਹਾ ਹੈ ਤੇ ਸ਼ਾਇਦ 2020 ਦੀਆਂ ਚੋਣਾਂ ਵਾਂਗ ਇਸ ਵਾਰ ਵੀ ਆਖਰੀ ਮੁਕਾਬਲਾ ਬਾਈਡਨ ਅਤੇ ਟਰੰਪ ਦਾ ਹੀ ਹੋਵੇਗਾ। ਝਾਰਖੰਡ ਦੇ ਜਮਤਾੜਾ ਜ਼ਿਲ੍ਹੇ ਵਿੱਚ ਵੱਡਾ ਟ੍ਰੇਨ ਹਾਦਸਾ ਹੋ ਗਿਆ ਹੈ। ਪਹਿਲਾਂ ਟ੍ਰੇਨ ਵਿੱਚ ਅੱਗ ਲੱਗੀ ਤੇ ਲੋਕ ਜਦੋਂ ਆਪਣੀ ਜਾਨ ਬਚਾਉਣ ਲਈ ਟ੍ਰੇਨ ਵਿੱਚੋਂ ਉਤਰ ਰਹੇ ਸੀ ਤੇ ਕੋਲੋਂ ਲੰਘ ਰਹੀ ਟ੍ਰੇਨ ਨਾਲ ਕੱਟ ਕੇ ਬਹੁਤ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੁਣ ਤੱਕ 12 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।